ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੀਆਂ ਹੱਦਾਂ 'ਚ ਚੰਡੀਗੜ੍ਹ ਲੁਧਿਆਣਾ ਹਾਈਵੇ ਤੇ ਵਸਿਆ ਪਿੰਡ ਘੜੂਆਂ ਗੁਰੂਆਂ ਦੀ ਚਰਨ ਛੋਹ ਹਾਸਲ ਕਰਨ ਦਾ ਮਾਣ ਵੀ ਘੜੂਆਂ ਪਿੰਡ ਨੂੰ ਹੀ ਹੈ। ਸ਼ੁਰੂਆਤ 7ਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਆਗਮਨ ਦੇ ਨਾਲ ਹੁੰਦੀ ਹੈ। ਇੱਕ ਪੌ ਸੰਮਤ 1717 ਜਾਂ ਕਿਹਾ ਜਾਵੇ ਸੰਨ 1660 ਈਸਵੀ ਨੂੰ 2200 ਘੋੜ ਸਵਾਰਾਂ ਦੀ ਫੌਜਾਂ ਦੇ ਨਾਲ ਗੁਰੂ ਸਾਹਿਬ ਨੇ ਇਸ ਧਰਤੀ ਨੂੰ ਆਪਣੀ ਚਰਨ ਛੋਹ ਦੇ ਨਾਲ ਨਿਹਾਲ ਕੀਤਾ ਤਾਂ ਪਿੰਡ ਵਾਲਿਆਂ ਨੇ ਵੀ ਗੁਰੂ ਸਾਹਿਬ ਦੇ ਸਨਮਾਨ ਵਿੱਚ ਸ਼ਰਦਈ ਦੀ ਦੇਗ ਤਿਆਰ ਕੀਤੀ। ਆਸਥਾ ਦੇ ਇਸ ਸਰੂਪ ਦੀ ਯਾਦ ਦਿਵਾਉਂਦਾ ਹੈ ਪਿੰਡ ਵਿੱਚ ਮੌਜੂਦ ਗੁਰਦੁਆਰਾ ਸ਼੍ਰੀ ਦੇਗਸਰ ਸਾਹਿਬ। ਗੁਰੂ ਸਾਹਿਬ ਪਿੰਡ ਦੇ ਲੋਕਾਂ ਦੀ ਭਗਤੀ ਤੋਂ ਖੁਸ਼ ਹੋਏ ਅਤੇ 7ਵੇਂ ਪਾਤਸ਼ਾਹ ਨੇ ਦੇਗ ਅਤੇ ਲੋਹੇ ਦੇ ਹੋਰਨਾਂ ਬਰਤਨ ਬਣਾਉਣ ਵਾਲੇ ਕਾਰੀਗਰਾਂ ਨੂੰ ਅਸੀਸਾਂ ਦਿੱਤੀਆਂ। ਕਿਹਾ, ਤੁਹਾਡਾ ਲੋਹਾ ਸੋਨੇ ਦੇ ਭਾਅ ਵਿਕੇਗਾ। ਅਤੇ ਸਮਾਂ ਅੱਜ ਵੀ ਗਵਾਹੀ ਭਰਦਾ ਹੈ ਕਿ ਸਰਬ ਲੋਹ ਨੇ ਪੂਰੀ ਦੁਨੀਆਂ ਵਿੱਚ ਘੜੂਆਂ ਨੂੰ ਵੱਖਰੀ ਪਛਾਣ ਦਿੱਤੀ ਹੈ। ਪਛਾਣ ਵੀ ਅਜਿਹੀ ਕਿ ਸਿੱਖ ਸੱਜਣ ਦੇ ਲਈ ਜਿਸ ਖੰਡੇ ਬਾਟੇ ਦੀ ਦਾਤ ਦਾ ਜ਼ਿਕਰ ਕੀਤਾ ਜਾਂਦਾ ਹੈ ਉਹ ਬਾਟੇ ਇਸ ਸਰਬ ਲੋਹ ਤੋਂ ਇਕੱਲੇ ਘੜੂਆਂ ਵਿੱਚ ਹੀ ਬਣਾਏ ਜਾਂਦੇ ਨੇ। ਸਰਬ ਲੋਹ ਦੇ ਇਹਨਾਂ ਭਾਂਡਿਆਂ ਦੀ ਵਿਗਿਆਨਕ ਅਹਿਮੀਅਤ ਵੀ ਹੈ। ਲੋਹੇ ਤੋਂ ਤਿਆਰ ਕੀਤੇ ਗਏ ਇਹ ਭਾਂਡੇ ਉਹਨਾਂ ਵਿੱਚ ਬਣਾਈ ਜਾਣ ਵਾਲੀ ਖਾਣ ਪੀਣ ਦੀਆਂ ਵਸਤਾਂ 'ਚ ਆਇਰਨ ਭਾਵ ਲੋਹ ਤੱਤ ਨੂੰ ਵਧਾ ਦਿੰਦੇ ਨੇ ਜੋ ਸਿਹਤ ਲਈ ਬੇਹੱਦ ਜ਼ਰੂਰੀ ਹੈ। ਇਹੀ ਵਜ੍ਹਾ ਹੈ ਕਿ ਖਾਲਸ ਲੋਹੇ ਦੇ ਇਹਨਾਂ ਬਰਤਨਾਂ ਦੀ ਖਾਲਸਾਈ ਫੌਜ ਭਾਵ ਨਿਹੰਗ ਸਿੰਘ ਵੀ ਹਮੇਸ਼ਾ ਵਰਤੋਂ ਕਰਦੇ ਨੇ। ਲੋਹੇ ਦੀਆਂ ਚਾਦਰਾਂ ਨੂੰ ਭੱਠੀ ਵਿੱਚ ਤਪਾ ਕੇ ਭਾਂਡਿਆਂ ਦੀ ਸ਼ਕਲ ਦੇਣ ਦਾ ਕੰਮ ਅਜੇ ਵੀ ਮਸ਼ੀਨਾਂ ਤੋਂ ਘੱਟ ਅਤੇ ਹੱਥਾਂ ਨਾਲ ਵੱਧ ਕੀਤਾ ਜਾਂਦਾ ਹੈ। ਸ਼ਾਇਦ ਇਹ ਇਸ ਪਿੰਡ ਦੇ ਲੋਕਾਂ ਦੀ ਗੁਰੂ ਸਾਹਿਬ ਦੀ ਦਿੱਤੀ ਦਾਤ ਨੂੰ ਸਾਂਭਣ ਲਈ ਸ਼ਰਧਾ ਹੀ ਸੀ ਕਿ ਦਸ਼ਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਦੇ ਲਈ ਵੀ ਸਰਬ ਲੋਹ ਦੇ ਬਾਟੇ ਦਾ ਇਸਤੇਮਾਲ ਕੀਤਾ। ਘੜੂਆਂ ਪਿੰਡ ਨੂੰ ਗੁਰੂ ਸਾਹਿਬਾਨਾਂ ਦੀ ਦਾਤ ਇੱਥੇ ਹੀ ਨਹੀਂ ਮੁਕਦੀ। 9ਵੀਂ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਆਸਾਮ ਤੋਂ ਸ਼੍ਰੀ ਅਨੰਦਪੁਰ ਸਾਹਿਬ ਜਾਣ ਵੇਲੇ ਜੇਠ ਮਹੀਨੇ ਦੀ ਮਿਤੀ 10ਵੀਂ ਨੂੰ ਪਿੰਡ ਘੜੂਆਂ ਵਿੱਚ ਕੁਝ ਸਮਾਂ ਲਈ ਰੁਕੇ ਸਨ। ਸ਼ੁਰੂਆਤ ਵਿੱਚ ਪਿੰਡ ਵਾਲੇ ਗੁਰੂ ਸਾਹਿਬ ਦੀ ਅਹਿਮੀਅਤ ਨੂੰ ਸਮਝ ਨਹੀਂ ਸਕੇ ਪਰ ਬਾਅਦ ਵਿੱਚ ਸਾਰੇ ਪਿੰਡ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਤਾਂ ਸੱਚੇ ਪਾਤਸ਼ਾਹ ਨੇ ਪਿੰਡ ਨੂੰ ਅਸੀਸਾਂ ਨਾਲ ਨਿਹਾਲ ਕਰ ਦਿੱਤਾ। ਪਿੰਡ ਵਿੱਚ ਮੌਜੂਦ ਗੁਰਦੁਆਰਾ ਸ਼੍ਰੀ ਅਕਾਲਗੜ੍ਹ ਸਾਹਿਬ 9ਵੀਂ ਪਾਤਸ਼ਾਹੀ ਦੀ ਇੱਥੇ ਆਮਦ ਦੀ ਯਾਦ ਦਾ ਜਿਉਂਦਾ ਜਾਗਦਾ ਸਬੂਤ ਹੈ। ਗੁਰੂ ਸਾਹਿਬ ਦੇ ਦਿੱਤੇ ਆਸ਼ੀਰਵਾਦ ਸਦਕਾ ਪਿੰਡ ਵਿੱਚ ਉਸ ਵੇਲੇ ਤੋਂ ਮੌਜੂਦ ਤਲਾਅ ਦੇ ਪਾਣੀ ਦਾ ਇਸਤੇਮਾਲ ਅੱਜ ਵੀ ਕਈ ਬਿਮਾਰੀਆਂ ਨੂੰ ਦੂਰ ਕਰਨ ਲਈ ਕੀਤਾ ਜਾਂਦਾ ਹੈ। ਇੱਕ ਹੋਰ ਰੂਹਾਨੀ ਦਾਤ ਜੋ ਇਸ ਪਿੰਡ ਨੂੰ ਸਿੱਖ ਧਾਰਮਿਕ ਇਤਿਹਾਸ ਵਿੱਚ ਵੱਖਰੀ ਥਾਂ ਦਿੰਦੀ ਹੈ ਉਹ ਹੈ 20ਵੀਂ ਮੰਜੀ। ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਤੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਗੁਰਮਤਿ ਦੇ ਪ੍ਰਚਾਰ ਦੇ ਲਈ 22 ਮੰਜੀਆਂ ਅਤੇ 124 ਪੀੜੇ ਤਿਆਰ ਕੀਤੇ ਜਾ ਚੁੱਕੇ ਸਨ। ਚੌਥੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਧਰਮ ਦੇ ਪ੍ਰਚਾਰ ਦੇ ਲਈ ਗੁਰਮੁਖਾਂ ਨੂੰ ਤਿਆਰ ਕਰ ਰਹੇ ਸਨ ਅਤੇ ਇਸੇ ਲੜੀ ਵਿੱਚ 20ਵੀਂ ਮੰਜੀ ਦੀ ਦਾਤ ਬਖਸ਼ੀ ਗਈ ਬਾਬਾ ਰੰਗਦਾਸ ਭੰਡਾਰੀ ਜੀ ਨੂੰ ਜਿਨ੍ਹਾਂ ਗੁਰੂ ਸਾਹਿਬ ਦੀ ਆਗਿਆ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਅਤੇ ਪਿੰਡ ਘੜੂਆਂ ਵਿੱਚ 20ਵੀਂ ਮੰਜੀ ਨੂੰ ਸਥਾਪਿਤ ਕੀਤਾ। ਆਪਣੇ ਪਿਤਾ ਬਾਬਾ ਰੰਗਦਾਸ ਭੰਡਾਰੀ ਜੀ ਦੀ ਇਸੇ ਵਿਰਾਸਤ ਨੂੰ ਸਾਂਭਣ ਅਤੇ ਅੱਗੇ ਤੋਰਨ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਬਾਬਾ ਨੰਦ ਲਾਲ ਜੀ ਨੇ।